ਲੱਕੜ ਕੈਨੇਡਾ ਯੂਕੇ ਖਾਣੇ ਸੱਚੇ ਪਾਤਸ਼ਾਹ ਗੁੱਡੀਆਂ ਚਾਣੇ ਉਹਦੇ ਸ਼ੁਕਰ ਗੁਜ਼ਾਰ ਦੁਨੀਆਂ ਦੀ ਨਜ਼ਰ ਬੁਰੀ ਭਲੀ ਕਈ ਕਿਰਤਾਰ ਦੁਨੀਆਂ ਦੀ ਨਜ਼ਰ ਬੁਰੀ ਹੋ ਕਹਿਣ ਲਾਡੀ ਤੇ ਲੱਗ ਗਏ ਵੀਜ਼ੇ ਅੱਜ ਕੱਲ ਖਾਂਦਾ ਬਰਗਰ ਪੀਜੇ ਕਹਿਣ ਲਾਡੀ ਤੇ ਲੱਗ ਗਏ ਵੀਜ਼ੇ ਅੱਜ ਕੱਲ ਖਾਂਦਾ ਬਰਗਰ ਪੀਜੇ ਸੱਤੇ ਵਾਲਿਆ ਦੱਸ ਦਿਨ ਇੰਡੀਆ ਖੋਖੇ ਵਾਲਿਆ ਦੱਸ ਦਿਨ ਇੰਡੀਆ ਵੀ ਨਾ ਰਹਿੰਦਾ ਬਾਹਰ ਦੁਨੀਆਂ ਦੀ ਨਜ਼ਰ ਬੁਰੀ ਭਲੀ ਕਰੀ ਕਰਤਾਰ ਦੁਨੀਆਂ ਦੀ ਨਜ਼ਰ ਬੁਰੀ ਸੰਧੂ ਸਾਹਿਬ ਵਿਧਾਨ ਸਭਾ ਵਿੱਚ ਤੁਸੀਂ ਸਾਰੇ ਮਹਿਮਾਨ ਜਿਹੜੇ ਉਹਨਾਂ ਨੂੰ ਨਿਵਾਜਿਆ ਉਹਨਾਂ ਨੂੰ ਸੱਦਿਆ ਆ ਖਾਸ ਤੌਰ 'ਤੇ ਜਿਹੜੇ ਜਰਨਲਿਸਟ ਇੰਡੀਆ ਤੋਂ ਆਏ ਆ ਜਿਹੜੇ ਪੁਰਾਣੇ ਜਰਨਲਿਸਟ 30-35 ਸਾਲ ਤੋਂ ਪੱਤਰਕਾਰੀ ਨਾਲ ਜੁੜੇ ਆ ਉਹਨਾਂ ਦਾ ਸਨਮਾਨ ਤੁਸੀਂ ਕੀਤਾ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰੈਸ ਕੌਂਸਲ ਆਫ ਐਡਮਿੰਟਨ ਵੱਲੋਂ ਕਿਉਂਕਿ ਤੁਸੀਂ ਹਮੇਸ਼ਾ ਹੀ ਜਿੰਨੇ ਵੀ ਆਪਣੇ ਹਸਤੀਆਂ ਆਉਂਦੀਆਂ ਨੇ ਇੰਡੀਆ ਤੋਂ ਉਹਨਾਂ ਦਾ ਤੁਸੀਂ ਇੱਥੇ ਸਨਮਾਨ ਕਰਦੇ ਹੋ ਉਹਨਾਂ ਨੂੰ ਵਿਧਾਨ ਸਭਾ ਵਿੱਚ ਲਿਆਉਂਦੇ ਹੋ ਅਤੇ ਅੱਜ ਉੱਚੇ ਉੱਚੇ ਤੌਰ 'ਤੇ ਤੁਸੀਂ ਇਸ ਪੱਤਰਕਾਰ ਨੂੰ ਨਾਮਵਰ ਪੱਤਰਕਾਰ ਨੂੰ ਤੁਸੀਂ ਸਨਮਾਨ ਦਿੱਤਾ ਆ ਤੁਸੀਂ ਸਾਡਾ ਸਾਰਿਆਂ ਦਾ ਮਾਣ ਵਧਾਇਆ ਮੈਂ ਜੀ ਮੈਂ ਸਭ ਤੋਂ ਪਹਿਲਾਂ ਤਾਂ ਪ੍ਰੈਸ ਕੌਂਸਲ ਆਫ ਐਡਮਿੰਟਨ ਦੇ ਸਾਰੇ ਇੱਥੇ ਪਹੁੰਚੇ ਹੋਏ ਸੰਧੂ ਸਾਹਿਬ ਹੋਣੀ ਸਾਰੇ ਲਾਟ ਸਾਹਿਬ ਅਤੇ ਅਸ਼ੋਕ ਗਗਵਾਨੀ ਇੰਦਰਜੀਤ ਸਮੁੱਲਾਪੁਰ ਥੋੜ੍ਹਾ ਸਾਰਿਆਂ ਦਾ ਵੀ ਨਾ ਧੰਨਵਾਦ ਕਰਦਾ ਸਾਨੂੰ ਇੱਕ ਚਾਹ ਚੜ੍ਹਦਾ ਜਦੋਂ ਵੀ ਸਾਡਾ ਕੋਈ ਗੈਸਟ ਆਉਂਦੇ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਨਾਮਦੇਵ ਸਿੱਧੂ ਇੱਕ ਬਹੁਤ ਵੱਡੀ ਹਸਤੀ ਆ ਪੰਜਾਬ 'ਚ ਜਿਨ੍ਹਾਂ ਨੇ ਆਪਣੀਆਂ 5 ਬੁੱਕਾਂ ਲਿਖੀਆਂ ਉਹਦੇ ਲੋਕਾਂ ਦੀ ਸਮਾਜਿਕ ਨੂੰ ਕਰੈਕਸ਼ਨ ਲਈ ਜਿਹੜਾ ਕੁਛ ਕੀਤਾ ਇਹਨਾਂ ਨੇ ਆਈ ਥਿੰਕ ਉਹਨਾਂ ਦਾ ਇੱਕ ਡਿਜ਼ਰਵਿੰਗ ਕੈਂਡੀਡੇਟ ਸੀਗੇ ਅੱਜ ਉਹਨਾਂ ਨੇ ਇੱਥੇ ਸਨਮਾਨ ਕੀਤਾ ਸੋ ਉਸ ਨਾਲ ਉਹਨਾਂ ਨੂੰ ਹੋਰ ਉਤਸ਼ਾਹ ਹੋਊਗਾ ਜਿਵੇਂ ਗੱਲ ਕੀਤੀ ਆ ਆਪਣੀ ਵਾਟਰ ਐਂਡ ਇਨਵਾਇਰਮੈਂਟ ਦੀ ਵਿਚ ਇਜ਼ ਮੇਨ ਆਪਣਾ ਇਸ਼ੂ ਆ ਅੱਜ ਕੱਲ੍ਹ ਪੰਜਾਬ ਇੰਡੀਆ 'ਚ ਸੋ ਉਹਨਾਂ ਨੇ ਉਸ ਬਾਰੇ ਵੀ ਸੋਚ ਰਹੇ ਆ ਵੀ ਉਹਦੇ ਜਿੱਥੇ ਇੱਥੇ ਕਲੀਨ ਵਾਟਰ ਅਤੇ ਇਨਵਾਇਰਮੈਂਟ ਆ ਉਸੇ ਤਰ੍ਹਾਂ ਉਹਨਾਂ ਪੰਜਾਬ 'ਚ ਵੀ ਇੱਕ ਆਵਾਜ਼ ਉਠਾਉਣਗੇ ਮੈਂ ਕਹਿੰਦਾ ਇੱਕ ਬਹੁਤ ਵਧੀਆ ਉਹਨਾਂ ਦੀ ਸੋਚ ਆ ਇੱਥੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਫਰਜ਼ ਬਣਦਾ ਡਿਊਟੀ ਬਣਦੀ ਉਹਨਾਂ ਦਾ ਧੰਨਵਾਦ ਕਰੀਏ ਉਸ ਦੇ ਨਾਲ ਜਿਹੜੇ ਵੀ ਮੀਡੀਆ ਦੇ ਵੀਰ ਇੱਥੇ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ ਅਸੀਂ ਸਮਝਦੇ ਹਾਂ ਕਿ ਤੁਸੀਂ ਖਾਸ ਕਰਕੇ ਜਿਹੜੀ ਪੱਤਰਕਾਰੀ ਆ ਉਹਨਾਂ ਨਾਲ ਜਿਹੜੇ ਲੋਕ ਜੁੜੇ ਆ ਇੰਨੇ ਵੱਡੇ ਪੱਧਰ ਵਾਲੇ ਉਹ ਜਦੋਂ ਆਉਂਦੇ ਆ ਬਾਹਰ ਜਿਵੇਂ ਗੱਲ ਉਹਨਾਂ ਨੇ ਵੀ ਕੀਤੀ ਆ ਕਿ ਵਾਤਾਵਰਨ ਹਵਾ ਦੀ ਗੱਲ ਕੀਤੀ ਆ ਸਾਫ਼ ਪਾਣੀ ਦੀ ਗੱਲ ਕੀਤੀ ਆ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਜਦੋਂ ਵਿਧਾਨ ਸਭਾ ਦਾ ਸਰਕਾਰ ਦਾ ਇੱਥੋਂ ਦਾ ਆ ਕੇ ਢਾਂਚਾ ਦੇਖਦੇ ਆ ਉਹ ਜਾ ਕੇ ਉੱਥੇ ਅਖਬਾਰਾਂ ਵਿੱਚ ਛਾਇਆ ਕਰਨਗੇ ਉਹਦੇ ਨਾਲ ਮੇਰਾ ਖਿਆਲ ਹੈ ਲੋਕ ਵੀ ਜਾਗਰਿਤ ਹੋਣਗੇ ਇਹ ਜਿਹੜਾ ਤੁਹਾਡਾ ਬਹੁਤ ਵਧੀਆ ਉਦਮ ਆ ਕਿ ਉਹ ਬਾਹਰ ਸਾਰਾ ਆ ਕੇ ਕੁਛ ਦੇਖਦੇ ਆ ਲੇਕਿਨ ਵਿਧਾਨ ਸਭਾ ਦੇ ਅੰਦਰ ਸਰਕਾਰ ਦੇ ਅੰਦਰ ਕੀ ਹੁੰਦਾ ਹੈ ਕਿੰਨਾ ਮਾਣ ਸਤਿਕਾਰ ਹੈ ਲੋਕਾਂ ਦਾ ਕਿੰਨੀ ਆਜ਼ਾਦੀ ਆ ਇਹਦੇ ਬਾਰੇ ਜਿਹੜਾ ਉਹ ਲੋਕਾਂ ਨੂੰ ਜਾਗਰਿਤ ਕਰਨਗੇ ਉੱਥੇ ਜਾ ਕੇ ਹਾਂਜੀ ਮੈਂ ਤੁਹਾਡਾ ਪਹਿਲਾਂ ਧੰਨਵਾਦ ਕਰਦਾ ਕਿਉਂ ਤੁਸੀਂ ਬਾਹਲੇ ਗੈਸਟ ਤਾਂ ਇੱਥੇ ਆ ਨਹੀਂ ਸਕਦੇ ਜਦੋਂ ਤੁਸੀਂ ਕਿਸੇ ਵੀ ਗੈਸਟ ਨੂੰ ਲੈ ਕੇ ਆਉਣੇ ਆ ਪਰ ਤੁਸੀਂ ਆਪਣੇ ਮੀਡੀਆ ਨੂੰ ਇਹ ਸਾਰਿਆਂ ਦਾ ਆਪਣੀ ਜਿਹੜੀ ਨਿਊਜ਼ ਆ ਇੱਥੋਂ ਦੀ ਆ ਗੱਲਬਾਤ ਆ ਇੱਥੋਂ ਦੀ ਸਾਰਿਆਂ ਨੂੰ ਸ਼ੇਅਰ ਕਰਦੇ ਹਾਂ ਵਰਲਡ ਵਾਈਡ ਜਾਣੀ ਆ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਉਹਦੇ ਨਾਲ ਆਪਾਂ ਸਾਰੇ ਇੱਕ ਇਕੱਠੇ ਹੋ ਕੇ ਜਿਹੜੇ ਪੰਜਾਬ ਦੀ ਬਿਹਤਰੀ ਲਈ ਸਾਰੇ ਕੰਮ ਕਰ ਰਹੇ ਹਾਂ ਧੰਨਵਾਦ ਥੈਂਕ ਯੂ ਵਤਨ ਪੰਜਾਬ ਤੋਂ ਆਏ ਨਾਮਦੇਵ ਸਿੱਧੂ ਜੀ ਤੁਹਾਨੂੰ ਵਤਨ ਟੀਵੀ ਵੱਲੋਂ ਐਡਮਿੰਟਨ ਦੇ ਵਿੱਚ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਦੇ ਉੱਪਰ ਇੱਥੇ ਐਡਮਿੰਟਨ ਪਹੁੰਚੇ ਹੋ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਹਾਂ ਉਹ ਇਹ ਹੈ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਇੱਥੇ ਐਡਮਿੰਟਨ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਤਾਂ ਵਤਨ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਬੜੀ ਖੁਸ਼ੀ ਹੈ ਕਿ ਵਤਨ ਟੀਵੀ ਜਿਹੜਾ ਹੈ ਉਹ ਵਰਲਡ ਵਾਈਡ ਲੋਕਾਂ ਦੇ ਵਿੱਚ ਆਪਸੀ ਮੇਲਜੋਲ ਪ੍ਰਤੀ ਅਤੇ ਕਲਚਰ ਪ੍ਰਤੀ ਜਿਹੜਾ ਬਹੁਤ ਤਹੀਏ ਦੇ ਨਾਲ ਕੰਮ ਕਰ ਰਿਹਾ ਹੈ ਇਸ ਤੋਂ ਇਲਾਵਾ ਮੈਂ ਧੰਨਵਾਦੀ ਹਾਂ ਪ੍ਰੈਸ ਕੌਂਸਲ ਆਫ ਐਡਮਿੰਟਨ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਪੂਰੇ ਪੂਰਾ ਮਾਣ ਦਿੱਤਾ ਪੂਰਾ ਮਾਣ ਦੇ ਕੇ ਇੱਥੇ ਐਡਮਿੰਟਨ ਵਿਖੇ ਮੈਨੂੰ ਬੁਲਾਇਆ ਹੈਗਾ ਅਤੇ ਮੈਨੂੰ ਪੂਰਾ ਸਤਿਕਾਰ ਦਿੱਤਾ ਸਿੱਧੂ ਸਾਹਿਬ ਗੱਲ ਕਰੀਏ ਤੁਹਾਡੀ ਇਸ ਗਜ਼ਨੀ ਤੋਂ ਮਾਲਵਾ ਤੱਕ ਦੀ ਕਿਤਾਬ ਦੀ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓਗੇ ਅਤੇ ਅੱਜ ਤੱਕ ਤੁਸੀਂ ਕਿੰਨਾ ਕੁ ਹੋਰ ਕਿਤਾਬਾਂ ਰਚੀਆਂ ਉਹਦੇ ਬਾਰੇ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ ਸਾਹਿਤਕ ਤੌਰ 'ਤੇ ਜਿਹੜੀਆਂ ਹੈ ਮੈਂ 4 ਕਿਤਾਬਾਂ ਲਿਖੀਆਂ ਨੇ ਇਹਦੇ ਵਿੱਚ ਇੱਕ ਜਿਹੜੀ ਹੈ ਐਡਵੈਂਚਰ ਅਤੇ ਅਵੇਅਰਨੈਸ ਨਾਲ ਸੰਬੰਧਿਤ ਹੈ ਹੁਸੀਨਵਾਦੀਆਂ ਦੇ ਮਹਿਮਾਨ ਪੁਸਤਕ ਦਾ ਨਾਂ ਹੈ ਦੂਜੀ ਜਿਹੜੀ ਪੁਸਤਕ ਹੈ ਉਹ ਮੈਂ ਮੁਕਤੇ ਮੁਕਤੀਸਰ ਅਤੇ ਮੁਕਤਸਰ ਦੇ ਸ਼ਹੀਦ ਜਿਹੜੀ ਮੈਂ 40 ਮੁਕਤਿਆਂ ਬਾਰੇ ਅਤੇ ਮੁਕਤਸਰ ਦੇ ਸ਼ਹੀਦਾਂ ਬਾਰੇ ਜ਼ਿਕਰ ਕੀਤਾ ਸੀ ਅਤੇ ਉਹਦਾ ਜਿਹੜਾ ਸੀਗਾ 300 ਸਾਲਾ ਦਿਵਸ ਸਟੇਟ ਪੱਧਰੀ ਮੁਕਤਸਰ ਵਿਖੇ ਉਸ ਪੁਸਤਕ ਦੇ ਬੇਸ 'ਤੇ ਮਨਾਇਆ ਗਿਆ ਸੀ ਜਿਹੜੀ ਇਹ ਪੁਸਤਕ ਹੈ ਮੈਂ ਹੁਣ ਲਿਖੀ ਹੈ ਇਹਦਾ ਹੈ ਸਿੱਧੂ ਬਰਾੜਾਂ ਦਾ ਨਿਕਾਸ ਅਤੇ ਵਿਕਾਸ ਸਿੱਧੂ ਬਰਾੜ ਜਿਹੜੇ ਹੈ ਉਹ 13ਵੀਂ ਸਦੀ ਦੇ ਵਿੱਚ ਹੋਏ
ਪਰ ਉਸ ਤੋਂ ਉੱਪਰਲੀ ਮਨੁੱਖਤਾ ਜਿਹੜੀ ਹੈ ਉਹ ਪਹਿਲੀ ਸਦੀ ਤੱਕ ਮੈਂ ਇਸ ਨੂੰ ਲੈ ਕੇ ਗਿਆ। ਇਹਦੇ ਇੱਕ ਮਨੁੱਖਤਾ ਦਾ ਇਤਿਹਾਸ ਹੈ, ਇਕੱਲੇ ਸਿੱਧੂ ਬਰਾੜਾਂ ਦੇ ਨਾਲ ਸੰਬੰਧਿਤ ਨਹੀਂ ਹੈ। ਸਿੱਧੂ ਸਾਹਿਬ, ਜਿਹੜੀ ਸਿੱਧੂ ਬਰਾੜਾਂ ਦਾ ਨਿਕਾਸ ਅਤੇ ਵਿਕਾਸ ਤੁਸੀਂ ਕਿਤਾਬ ਲਿਖੀ ਹੈ ਗਜਨੀ ਤੋਂ ਮਾਲਵਾ ਤੱਕ ਦੇ ਟਾਈਟਲ ਥੱਲੇ, ਇਹ ਲਿਖਣ ਦਾ ਜਿਹੜਾ ਤੁਹਾਡਾ ਮਕਸਦ ਕੀ ਹੈ? ਮਕਸਦ ਇਹ ਹੈ ਜੀ ਕਿ ਮਨੁੱਖਤਾ ਦਾ ਇੱਕ ਟ੍ਰੀ ਹੈ, ਉਹਦੀਆਂ ਅੱਡੋ ਅੱਡ ਬ੍ਰਾਂਚਾਂ ਨੇ ਜੋ ਵੰਸ਼ਾਂ ਦੇ ਵਿੱਚ, ਜਾਤੀਆਂ ਦੇ ਵਿੱਚ ਜਾਂ ਗੋਤਾਂ ਦੇ ਵਿੱਚ ਵੰਡੀਆਂ ਗਈਆਂ ਨੇ। ਮੈਂ ਇਹ ਕੋਸ਼ਿਸ਼ ਕੀਤਾ ਕਿ ਹੇਠਲੀਆਂ ਬ੍ਰਾਂਚਾਂ ਤੋਂ ਜਾ ਕੇ ਜਿਹੜਾ ਉਹਦਾ ਸਥੂਲ ਏਕਤਾ ਵਾਲਾ ਸਰੂਪ ਹੈ ਉਹਦੇ ਵੱਲ ਮੈਂ ਜਾਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਸਦੀ ਈਸਵੀ ਤੱਕ ਮੈਂ ਇਸ ਦਾ ਖੋਜ ਕਰਕੇ ਲੈ ਗਿਆ। ਇਸ ਤੋਂ ਬਾਅਦ ਜੋ ਵੀ ਮੈਨੂੰ ਕੋਈ ਅੱਗੇ ਕਦਮ ਜਾਰੀ ਰਹਿਣਗੇ, ਜਿਸ ਤਰ੍ਹਾਂ ਮਿਹਨਤ ਨੂੰ ਫਲ ਲੱਗਦਾ ਹੈ, ਮੈਨੂੰ ਉਮੀਦ ਹੈ ਕਿ ਇਸ ਤੋਂ ਅੱਗੇ ਦਾ ਵੀ ਮੈਂ ਸਾਹਿਤ ਇਤਿਹਾਸ ਦੇ ਵਿੱਚ ਇਹਨੂੰ ਦਰਜ ਕਰੂੰਗਾ। ਸਿੱਧੂ ਸਾਹਿਬ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਆਖਿਰ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਜੀ, ਮੈਂ ਕੈਨੇਡਾ ਦੇ ਵਿੱਚ ਜਦੋਂ ਆਇਆ ਇੱਥੇ ਮੈਂ ਇੱਕ ਵਰਕ ਕਲਚਰ ਦੇਖਿਆ ਹੈਗਾ ਵੀ ਹਰ ਇੱਕ ਬੰਦੇ ਦੇ ਵਿੱਚ ਜਿਹੜਾ ਹੈ ਕੰਮ ਦੀ ਇੱਛਾ ਹੈਗੀ ਆ, ਕੰਮ ਕਰਨਾ ਚਾਹੁੰਦਾ ਹੈ, ਅਤੇ ਇਹ ਕੈਨੇਡਾ ਲੋਕਾਂ ਨੂੰ ਕੰਮ ਕਰਨਾ ਸਿਖਾਉਂਦਾ ਵੀ ਹੈਗਾ। ਇੱਥੇ ਦਾ ਫਰੈਸ਼ ਏਅਰ ਅਤੇ ਫਰੈਸ਼ ਵਾਟਰ ਜਿਹੜਾ ਹੈ ਉਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇੱਥੋਂ ਦੇ ਜਿਹੜੇ ਸਾਡੇ ਸਰਕਾਰੀ ਨੁਮਾਇੰਦੇ ਹੈ ਉਹਨਾਂ ਨੇ ਬੜੇ ਤਹੀਏ ਦੇ ਨਾਲ ਜਿਹੜੇ ਹੈ ਲੋਕਾਂ ਦੇ ਜਿਹੜਾ ਹੈ ਭਲਾਈ ਲਈ ਕੰਮ ਕੀਤੇ ਨੇ, ਅਤੇ ਕੈਨੇਡਾ ਦੇ ਵਿਕਾਸ ਨੂੰ ਦੇਖ ਕੇ ਮੈਂ ਨੰਗ ਰਹਿ ਗਿਆ। ਜਿੰਨਾ ਕੈਨੇਡਾ ਬਾਰੇ ਮੈਨੂੰ ਦੱਸਿਆ ਗਿਆ ਸੀ ਮੈਨੂੰ ਉਸ ਤੋਂ ਜ਼ਿਆਦਾ ਵਧੀਆ ਕੈਨੇਡਾ ਲੱਗਿਆ। ਮੈਂ ਚਾਹੂੰਗਾ ਮੈਂ ਵਾਰ ਵਾਰ ਕੈਨੇਡਾ ਆਵਾਂ, ਮੈਂ ਕੈਨੇਡਾ ਵਾਸੀਆਂ ਬਾਰੇ ਲਿਖਾਂ, ਇੱਥੇ ਦੇ ਜਿਹੜੇ ਪੰਜਾਬੀ ਕੈਨੇਡਾ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਦੇ ਹੈ ਮੈਂ ਉਹਨਾਂ ਬਾਰੇ ਵੱਧ ਤੋਂ ਵੱਧ